फलौर विखे ठगी का एक नवा मामला आया सामने। मोबाइल फोन से मैसेज पा के लोगों ठग रहे ने नौसरबाज। ये तो दसीए कि मोबाइल फोन से आने वाले मैसेज तो हो जाओ सावधान। सोशल मीडिया से एक ठगी का नवा तरीका देखने फलौर शहर विखे मिलया। इस संबंधी जानकारी देंदे हुए इस मैसेज राही ठगे हुए राजकुमार पुत्र सतवाल वासी फलौर शहर ने दसिया कि उन्होंने मोबाइल नंबर 98143151 से मैसेज आया कि तुसी अपना बिजली का बिल नहीं दिता, जल्द ही बिजली का बिल दे दिओ, नहीं तो थोड़ा मीटर रात 9:30 बजे तो बाद कटिया जाएगा। उसने कहा कि मैं दूसरे दिन सवेरे जिस नंबर तो मैसेज आया सी उस नंबर 6209-99-413 ते फोन किया तो उन्होंने कहा कि तुसी अपने फोन तो 100 रुपया ट्रांसफर PSPCL दे खाते कर दिओ। तो मैं डरदे मारे ने 100 रुपया ट्रांसफर कर दिता। जदों मैं उस खाते विच पैसे ट्रांसफर किए तो उस तो बाद मेरे खाते विचों 10,000 रुपया निकल गया। उन्होंने कहा कि उस नाल किसी ने ठगी कर ली है, जिसकी शिकायत उसने साइबर क्राइम वालों जारी किए गए नंबर 1930 ते कंप्लेंट पाउण की कोशिश की, पर वह नंबर भी व्यस्त दसी जा रहा है। जिस तो बाद उन्होंने थाना फिलौर विखे लिखती शिकायत दी है ते उन्हें शहर वासियों अपील की है कि इस तरह के मैसेजों तो सावधान हो जाओ, नहीं तो तुसी भी मेरे वांग ठगे जाओगे। भी जी की नाम अपना? मेरा नाम राजकुमार है जी। पता लगा भी थोड़ा कोई फ्रॉड होया भाजी, कितना होया इस तरह मामला? ये जनाब मैनू ना राती मैसेज आया सी भी थोड़ा बिजली का बिल जरा कि बकाया पिया वा। ओके, कि जी जे तुसी अज ना जमा कराया तो थोड़ा पावर अपना कनैक्शन कटिया जाएगा। अच्छा, तो मैं जिस नंबर से मैंने मैसेज आया सी व्हाट्सएप, मैं उत्ते कॉल की तो उन्होंने कहा जी तुसी 100 रुपया तुसी जमा कराओ इत्ते। ओके, तो जरा थोड़ा पुराना बिल आ जरा खड़ा 2021 का सरकार ने माफ़ किए हुए आ। ओके, वो दे विचों लैस करके तुहानू बकाया बिल का जरा वो तुहानू असी व्हाट्सएप कर देंगे। ओके, मैं उस तरह 100 रुपया उन्होंने डेबिट कार्ड राही 100 रुपया उन्होंने मेल कर दिता। ओके, उस तो बाद मेरे जिन्हें पैसे सी बैंक अकाउंट के 10,000 रुपया मेरा सारा ही 91 रुपया उठ गया, 401 उठ गए, मतलब कि 10,000 तो 10,000 ही सारा मेरा। नहीं जो तुम पहला थोड़ा बिल खड़ा सगा कोई? मेरा बिल खड़ा सगा जी। फिर अच्छा ਤੁਸੀਂ ਉਹਦੇ ਭੁਲੇਖੇ ਤੁਸੀਂ ਜਾਣੀ ਕਿ ਉਹ 100 ਰੁਪਇਆ ਕਰਦਾ ਨਾ ਟ੍ਰਾਂਜੈਕਸ਼ਨ? ਮੈਂ ਉਹਦੇ ਭੁਲੇਖੇ ਦੇ ਵਿੱਚ 100 ਰੁਪਇਆ ਜਮ੍ਹਾਂ ਇਸ ਕਰਕੇ ਕਰਾਇਆ ਕਿ ਜਿਹੜਾ ਪੁਰਾਣਾ ਸਰਕਾਰ ਨੇ 2021 ਤੱਕ ਦਸੰਬਰ ਤੱਕ ਬਿੱਲ ਮਾਫ਼ ਕੀਤੇ ਸੀਗੇ, ਉਹਦੇ ਵਿੱਚ ਮੇਰਾ ਕੁਛ ਪੈਸੇ ਖੜ੍ਹੇ ਸੀਗੇ ਅਤੇ ਮੈਂ ਕਿਹਾ ਸੀਗਾ ਇਹਨਾਂ ਨੂੰ ਕਿ ਮੇਰੇ ਉਹ ਪੈਸੇ ਵਿੱਚੋਂ ਲੈਸ ਕਰ ਦਿਓ ਅਤੇ ਮੈਂ ਬਾਕੀ ਦਾ ਬਿੱਲ ਜਮ੍ਹਾਂ ਕਰਾ ਦਿੰਦਾ। ਓਕੇ, ਅਤੇ ਇਹਨਾਂ ਨੇ ਉਸਨੇ ਕਿ ਜਮ੍ਹਾਂ ਨਹੀਂ ਸੀ, ਇਹਨਾਂ ਨੇ ਲੈਸ ਨਹੀਂ ਸੀ ਕੀਤੇ, ਅਤੇ ਇਹ ਮੈਨੂੰ ਰਾਤੀ ਜਦੋਂ ਮੈਸੇਜ ਆਉਣ ਤੋਂ ਬਾਅਦ ਮੈਂ ਇਹਨਾਂ ਨੂੰ ਕੋਲ ਕੀਤੀ ਹੈ ਅਤੇ ਇਹਨਾਂ ਨੇ ਕਿਹਾ ਜੀ ਤੁਸੀਂ 100 ਰੁਪਇਆ ਜਮ੍ਹਾਂ ਕਰਾਓ ਜੀ ਅਤੇ ਅਸੀਂ ਤੁਹਾਡਾ ਬਿੱਲ ਅਪਡੇਟ ਕਰ ਦਿੰਦੇ ਹਾਂ। ਓਕੇ, ਅਸੀਂ 100 ਰੁਪਇਆ ਜਮ੍ਹਾਂ ਕਰਾਇਆ, ਉਸ ਤੋਂ ਬਾਅਦ ਲਗਾਤਾਰ ਮੇਰੇ ਅਕਾਊਂਟ ਦੇ ਵਿੱਚ ਜਿਹੜਾ 10,000 ਰੁਪਇਆ ਸੀ ਨਾਲ ਹੀ ਉਸੇ ਵੇਲੇ ਇੱਕੋਦਮ ਰਾਤੀ ਰਾਤੀ ਤੁਸੀਂ ਕਿੰਨੇ ਵਜੇ ਕੋਲ ਕੀਤੀ ਇਹਨਾਂ ਨੂੰ? ਮੈਂ ਰਾਤੀ ਇਹਨਾਂ ਨੂੰ ਤਕਰੀਬਨ ਕੋਈ 8:30-9 ਵਜੇ ਕੀਤੀ। 8:30-9 ਵਜੇ ਤੋਂ ਉਹਨੇ ਤੁਹਾਡਾ ਫੋਨ ਪਿੱਕ ਕਰ ਲਿਆ ਨਾ? ਨਹੀਂ, ਪਿੱਕ ਨਹੀਂ ਕੀਤਾ, ਸਵੇਰੇ ਇਹਨਾਂ ਨੇ ਪਿੱਕ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜੇ ਨੰਬਰ 'ਤੇ ਮੈਂ ਫੋਨ ਮੈਨੂੰ ਵਟਸਐਪ ਆਇਆ, ਉੱਥੇ ਲੇਡੀਜ਼ ਬੋਲ ਰਹੀ ਹੈ ਜੈਸੇ ਜਿੱਦਾਂ ਕੋਈ ਬਿਹਾਰ ਜਾਂ ਯੂਪੀ ਦੀ ਆ। ਓਕੇ, ਉਹ ਬਈਆ ਉਹਨੇ ਕਿਹਾ ਕਹਿੰਦੀ ਆਪ ਬੋਲਿਆ ਜੇ ਨੰਬਰ ਗਲਤ ਹੈ ਆਂਦਾ ਸੀ ਇਸ ਨੰਬਰ 'ਤੇ ਫੋਨ ਨਾ ਕਰਨਾ, ਮੈਂ ਪੁਲਿਸ ਰਿਪੋਰਟ ਕਰਾ ਦੂੰਗੀ। ਓਕੇ, ਮੈਂ ਫੋਨ ਕੱਟ ਦਿਆ। ਉਸਕੇ ਨੀਚੇ ਇੱਕ ਨੰਬਰ ਔਰ ਦਿਆ ਹੋਇਆ ਕਿ ਯਹਾਂ ਸੇ PSPL ਰਜਿਸਟਰੀ ਬੋਰਡ ਕਾ ਨੰਬਰ ਦਿਆ ਹੋਇਆ ਹੈ ਵੀ ਇਸ ਪੇ ਆਪ ਕੰਟੈਕਟ ਕੀਜੀਏ। ਮੈਨੇ ਸੁਬਹਾ ਉਸ ਪੇ ਕੰਟੈਕਟ ਕੀਆ ਤੋ ਉਹਨਾਂ ਨੇ ਮੁਝੇ ਸਾਰਾ ਵੇਰਵਾ ਬਤਾਇਆ ਕਿ ਐਸੇ ਐਸੇ ਕਰਕੇ ਆਪ ਇਸਮੇ 100 ਰੁਪਇਆ ਜਮ੍ਹਾਂ ਕਰਾਏ, ਫਿਰ ਉਸਕੇ ਬਾਅਦ ਆਪਕਾ ਜੋ ਨਯਾ ਬਿੱਲ ਅਪਡੇਟ ਹੋਗਾ ਆਪਕੋ ਭੇਜ ਦਿਆ ਜਾਏਗਾ। ਓਕੇ, ਮੈਨੇ ਆਪਣੇ ਡੈਬਿਟ ਕਾਰਡ ਸੇ 100 ਰੁਪਇਆ ਜਮ੍ਹਾਂ ਕਰਾ ਦਿਆ। ਉਸਕੇ ਬਾਅਦ ਉਸੀ ਨੰਬਰ ਸੇ ਮੇਰੇ ਜਿਤਨੇ ਅਕਾਊਂਟ ਮੇ ਪੈਸੇ ਥੇ ਉਹ ਸਾਰੇ ਉੜ। ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਿਹਾ ਮੇਰੇ ਨਾਲ ਜਿਸੇ ਤਰ੍ਹਾਂ ਵੀ ਜਿੱਥੇ ਮੇਰੇ ਪੈਸੇ ਕਿਸੇ ਤਰ੍ਹਾਂ ਮੇਰਾ ਜੋ ਵੀ ਬੇਈਮਾਨੀ ਧੋਖਾ ਹੋਇਆ ਮੇਰੇ ਪੈਸੇ ਵਾਪਸ ਕੀਤੇ ਜਾਣ। ਇਹ ਜਿਹੜੇ ਮੇਰੇ ਪੈਸੇ ਸੀ ਇਹ ਮੇਰੇ ਬੱਚੇ ਦੇ ਮਿਹਨਤ ਦੇ ਪੈਸੇ ਸੀਗੇ, ਮੈਂ ਆਪਣੇ ਬੱਚੇ ਦੇ ਅਕਾਊਂਟ ਤੋਂ 100 ਰੁਪਇਆ ਜਮ੍ਹਾਂ ਕਰਾਇਆ ਸੀਗਾ, ਜਿਹੜਾ ਕਿ ਵਿਚਾਰਾ ਦਿਨ ਰਾਤ ਇੱਕ ਕਰਕੇ ਜੋਬ ਕਰਕੇ 5,000 ਰੁਪਏ ਮਹੀਨੇ 'ਤੇ ਲੱਗਾ ਹੋਇਆ ਕਿਸੇ ਨੌਕਰੀ ਕਰਦਾ ਵਾ। ਮੈਂ ਉਹਦੇ 10,000 ਰੁਪਇਆ ਉਹਦੇ ਕੋਲੋਂ 500 ਰੁਪਇਆ ਜਮ੍ਹਾਂ ਉਹਦੇ ਅਕਾਊਂਟ 'ਚੋਂ ਕਰਾਇਆ ਸੀ, ਜਿਹੜੇ ਉਹਦੀ ਅਕਾਊਂਟ 'ਚ 10,000 ਰੁਪਇਆ ਸੀ ਉਹ 10,000 ਰੁਪਏ ਬੱਚੇ ਦੇ ਅਕਾਊਂਟ ਦੇ ਵਿੱਚੋਂ ਉੱਡ ਗਿਆ। ਉਹ ਬੱਚਾ ਇਸ ਵਕਤ ਤਾਂ ਰੋ ਰਿਹਾ ਕਿ ਮੈਂ ਮਿਹਨਤ ਕਰਕੇ ਪੈਸੇ ਸੀਗੇ ਮੇਰੇ, ਅਤੇ ਇਸ ਕਰਕੇ ਕਿ ਮੇਰੇ ਪੈਸੇ ਸਾਰੇ ਉੱਡ ਗਏ, ਮੇਰੇ ਨਾਲ ਫਰੋਡ ਹੋਇਆ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ
जल्दी तो जल्दी मैं तुहानूं इस नंबर भी वट्सअप कर दिना जिथों मैनू आया जिसना मैं कॉन्टैक्ट किया वह भी नंबर दस दिना कि यह साइबर सैल या मेरा पुलिस प्रशासन या गौरमेंट मेरी किसी तरह भी जिदा भी हो सकता मेरी मदद करे।